ਉਹ ਖਾਕੀ ਵਰਦੀ ਵਾਲੇ ਆਦਮੀ ਨੇ ਪਰ ਸਿੱਖਿਅਤ ਡਾਕਟਰ ਵੀ ਨੇ ਇਸ ਲਈ ਜਦੋਂ ਕੋਵਿਡ-19 ਦਾ ਕਹਿਰ ਵਾਪਰਿਆ ਉਹਨਾਂ ਨੇ ਤੁਰੰਤ ਆਪਣੀ ਵਰਦੀ ਉੱਤੇ ਆਲਾ ਟੰਗਣ ਦਾ ਫੈਸਲਾ ਕੀਤਾ ਡਾਕਟਰ ਵਜੋਂ ਜੋ ਕੁਝ ਕਰਨਾ ਸਿਖਾਇਆ ਗਿਆ ਸੀ ਉਸੇ ਜ਼ਿੰਮੇਵਾਰੀ ਲਈ ਮਿਲੋ ਅਸਮ ਦੇ ਬਾਰਪੋਟਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਡਾਕਟਰ ਰੋਬਿਨ ਕੁਮਾਰ ਤੋਂ ਇੱਕ ਪੁਲਿਸ ਅਧਿਕਾਰੀ ਵਜੋਂ ਆਪਣੀਆਂ ਨਿਯਮਤ ਡਿਊਟੀਆਂ ਸੰਭਾਲਣ ਤੋਂ ਇਲਾਵਾ ਕੁਮਾਰ ਨੇ ਕੋਰੋਨਾ ਵਾਇਰਸ ਨਾਲ ਲੜਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲਿਸ ਬਲ ਅਤੇ ਆਪਣੇ ਸਹਿਯੋਗੀਆਂ ਦੀ ਮਦਦ ਲਈ ਇੱਕ ਮੈਡੀਕਲ ਕੈਂਪ ਸਥਾਪਿਤ ਕੀਤਾ ਹੈ ਕੋਵਿਡ-19 ਪੈਂਡੇਮਿਕ ਮਜ਼ਦ ਹਮਾਰੇ ਜਿਮਾਨ ਡਾਕਟਰ ਜਿਨ ਆਸੇ ਡਾਕਟਰ ਆਸੇ ਇਹ ਤੇ ਇਮਾਨ ਹਾਰਡ ਵਰਕ ਕਰੀ ਆਸੇ ਇਮਾਨ ਓਵਰ ਬਰਡਨ ਓਵਰ ਸਟ੍ਰੈਚ ਹੋ ਰਿਹਾ ਆਸੇ ਤੋ ਇਹ ਕਾਰਨੇ ਮੈਂ ਭਾਵਿਸੂ ਕਿ ਆਮੀ ਯਦੀ ਇਹ ਜੋ ਬਰਡਨ ਆਸੇ ਇਮਾਨ ਅਲਗ শেয়ার কৰিব পাৰো এজ এ ডক্টৰ ইয়াৰ হেল্থ কেম্পত মই যিমান আমাৰ পুলিচ পাৰ্চনেল আছে মোৰ দেন 50 ইয়াৰ্ছ ওল্ড ইয়াতো হেল্থ চেকআপ কৰিছোঁ ਉਹਨਾਂ ਨੇ ਬਾਰਪੋਟਾ ਸਥਿਤ ਪੁਲਿਸ ਰਿਜ਼ਰਵ ਵਿੱਚ ਇੱਕ ਕੋਵਿਡ ਕੇਂਦਰ ਵੀ ਸਥਾਪਿਤ ਕੀਤਾ ਜਿੱਥੇ ਉਹਨਾਂ ਦੇ ਸਹਿਯੋਗੀ ਖੁਦ ਪਹੁੰਚ ਕੇ ਜਾਂਚ ਕਰਵਾ ਸਕਦੇ ਨੇ ਡਾਕਟਰ ਕੁਮਾਰ ਹੁਣ ਤੱਕ ਜ਼ਿਲ੍ਹੇ ਦੇ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਡਾਕਟਰੀ ਮਦਦ ਦੇ ਚੁੱਕੇ ਨੇ ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਵੀ ਡਾਕਟਰ ਕੁਮਾਰ ਦੇ ਇਸ ਕੰਮ ਦੀ ਸ਼ਲਾਘਾ ਕਰ ਚੁੱਕੇ ਨੇ ਜਿਨ੍ਹਾਂ ਦੇ ਲੱਕ ਤੇ ਅਕਸਰ ਸਰਵਿਸ ਰਿਵਾਲਵਰ ਤੇ ਗਲੇ 'ਚ ਲਟਕਿਆ ਆਲਾ ਮਿਲਦਾ ਹੈ ਅਸਮ ਦੇ ਡਾਕਟਰ ਜਰਨਲ ਆਫ ਪੁਲਿਸ ਭਾਸਕਰ ਜੋਤੀ ਮਹੰਤ ਨੇ ਵੀ ਡਾਕਟਰ ਕੁਮਾਰ ਦੀ ਪ੍ਰਸ਼ੰਸਾ ਕੀਤੀ ਹੈ ਕੁਮਾਰ ਜੋ ਮਾਨਨੀ ਮੁੱਖ ਮੰਤਰੀ ਸ੍ਰੀ ਸਰਬਾਨੰਦ ਸੋਨੋਵਾਲ ਡਾਂਗਰੀਆ ਮੈਂ ਤੋ ਇਹ ਮਾਨ ਇਨਕਰੇਜ ਕਰੇ ਇਨਕਰੇਜ ਕਰੀ ਸੇ ਟਵੀਟ ਕਰੇ ਇਨਕਰੇਜ ਕਰ ਪ੍ਰੋਤਸਾਹਿਤ ਕਰੀ ਸੇ ਇਹ ਬਹੁਤ ਭਾਲ ਪਾਇਸੋ ਮੈਂ ਹਮਾਰ ਜੋ ਰੈਸਪੈਕਟਿਡ DGP ਸਰ ਆਸੇ ਸ੍ਰੀ ਭਾਸਕਰ ਜੋਤੀ ਮਹੰਤ ਸਰ ਲਗਤੇ ਹੈ ਹਮਾਰ ADG ਸ੍ਰੀ GP ਸਿੰਘ ਸਰ ਜਾਂ ਸ੍ਰੀ LR ਵਿਸ਼ਨੂ ਸਰ ਸ੍ਰੀ SN ਸਿੰਘ ਸਰ ਔਰ ਹਮਾਰ ਸ੍ਰੀ ਹਰਮੀ ਸਿੰਘ ਸਰ ਜੋ ਅਮੀ ਟਵੀਟ ਕਰੇ ਇਸ ਪ੍ਰੋਤਸਾਹਿਤ ਕਰੀ ਸੇ ਮੋਟੀਵੇਟ ਕਰੀ ਸੇ ਔਰ ਅਮੀ ਬੇਸੀ ਮੋਟੀਵੇਟ ਹੋਈਸੋ ਅਮੀ ਚੇਸ਼ਟਾ ਕਰੀ ਕਿ ਇਨੀ ਧਰਨੇ ਕੰਮ ਕਰੀ ਗੋ ਪਾਏ ਪੁਲਿਸ ਸੇਵਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਡਾਕਟਰ ਕੁਮਾਰ ਨੇ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਨਾਲ ਨਾਲ ਉੱਤਰ ਪ੍ਰਦੇਸ਼ ਦੇ ਹਸਪਤਾਲਾਂ ਵਿੱਚ ਵੀ ਡਾਕਟਰੀ ਸੇਵਾਵਾਂ ਦਿੱਤੀਆਂ ਨੇ ਹਰ ਕੋਈ ਡਾਕਟਰ ਕੁਮਾਰ ਦੇ ਮਾਨਵਤਾਵਾਦੀ ਕਾਰਜਾਂ ਦੀ ਸ਼ਲਾਘਾ ਕਰਦਾ ਹੈ ਇੱਕ ਮਾਹ ਧਰੀ ਮੈਂ ਅਗਤੇ ਇਹ ਕੋਵਿਡ ਕੇਅਰ ਸੈਂਟਰ ਬਣਾਇਆ ਸੀ ਯਾਰ 50 ਬੈਡਡ ਇਹ ਤੋਂ ਕੋਵਿਡ ਕੇਅਰ ਸੈਂਟਰ ਆ ਸੀ ਇਹ ਤੋਂ ਹਮਾਰ ਡੈਡੀਕੇਟਿਡ ਫੋਰ ਪੁਲਿਸ ਪਰਸਨਲ ਕਾਰਨੇ ਹੋਏ ਸੀ ਯਾਰ ਵੀ ਤੁਮ ਯਾਦ ਮੌਜੂਦ ਐਕਚੁਅਲੀ 32 ਬੈਡ ਜੋ ਆਸੇ ਇਹ ਤੋਂ ਹਮਾਰ ਜਨਰਲ ਵਾਰਡ ਕਾਰਨ 4 ਬੈਡ ਜੋ ਆਸੇ ICU ਕਾਰਨ ਔਰ ਤਪਿਸਰ 16 ਬੈਡ ਜੋ ਆਸੇ ਹਮਾਰ ਆਈਸੋਲੇਸ਼ਨ ਵਾਰਡ ਆਮੀ ਵਿਸਾਰੀ ਆਸੂ ਆਜੀ ਵਿੱਚ ਕਥਾ ਪਾਤੀ ਸੀ ਜੁਆਇੰਟ ਡਾਇਰੈਕਟਰ ਹੈਲਥ ਤੋਂ ਲਗਤ ਕਿ ਯਦੀ ਆਮੀ ਡਾਂਗਰ ਕੇ ਹੈਲਥ ਕੈਂਪ ਕਰੀ ਹੋ ਪਾਰੋ ਹਮਾਰ ਜਿਮਨ ਮਹਿਲਾ ਜਨ ਆਸੇ ਔਰ ਬਜ਼ੁਰਗ ਜਨ ਆਸੇ ਕੀ ਕਾਰਨ ਬਹੁਤ ਡਾਕਟਰ ਰੋਬਿਨ ਕੁਮਾਰ ਦੇ ਜਤਨਾ ਸਦਕਾ ਬਾਰਪੇਟਾ ਪੁਲਿਸ ਰਿਜ਼ਰਵ ਦੇ ਅੰਦਰ ਕੋਵਿਡ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਜਿਸ ਦਾ ਉਦਘਾਟਨ ਹਾਲ ਹੀ ਵਿੱਚ ਅਸਮ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਭਾਸਕਰ ਜੋਤੀ ਮਹੰਤ ਨੇ ਕੀਤਾ ਸੀ ਕੁਮਾਰ ਹੁਣ ਆਮ ਲੋਕਾਂ ਦੇ ਲਾਭ ਲਈ ਜ਼ਿਲ੍ਹੇ 'ਚ ਵੱਡੇ ਮੈਡੀਕਲ ਕੈਂਪ ਲਗਾਉਣਾ ਚਾਹੁੰਦੇ ਨੇ ਬਿਊਰੋ ਰਿਪੋਰਟ ETV ਭਾਰਤ ਟੂ ਵਾਚ 24x7 ਨਿਊਜ਼ ਲਾਈਵ ਡਾਊਨਲੋਡ ETV ਭਾਰਤ ਐਪ